सरदार सुखबीर सिंह बादल ने कह दिता भी सी एम पंजाब अज दारू पी के तत्काल गया जी। पर उसे का सम्मान करने वे सी मैं सी मैनेजर सी एक हेड ग्रंथी तीन जाने सी इन्हों का पूछा जाए भी इन्होंने वो शराब पीती देखी कि नहीं देखी आपने आप सारी दोबारा भी कराया मैं सी एम साहब मैं मैं थोड़े जिले चो हाँ उन्होंने अच्छा जी खुश होकर कहा मैंने तो यार कोई पता नहीं लगा ना भी कोई सेंट आई उन्होंने मुँह चो मेरा भरा हरेक गल नहीं कर सकता हूँ गरीब सिख नू फेर खड़ा कर दो चढ़ा दो सीसी दे रह रहा टाइम है मैं भी पार करके भी रोटी खान लगे भी जैसे तरह बलदेव चूंगा दाग कख नहीं ये लोग वगैरह भगवंत मान ते विरोधी पार्टियां वालों लगाए इल्जाम की मुख्यमंत्री साहब विसाखी दिहाड़े तख्त श्री दमदमा साहिब शराब पी के नतमस्तक हुए पर जो मुख्यमंत्री मान से लगे इल्जाम का एसजीपीसी मैंबर जथेदार बलदेव सिंह चुग्गा वालों खंडन किया गया तो बलदेव सिंह चुग्गा एसजीपीसी चो बाहर काढ़ दिता सी जिस मामले नाल जुड़ी हुई हुण ऑडियो सोशल मीडिया से वायरल हो रही है जो एसजीपीसी मैंबर बलदेव सिंह चुग्गा की दसी जा रही है आओ पहला तुसी ऑडियो सुनो। ਸਨਮਾਨ ਕਰਕੇ ਨਿਕਲ ਗਏ ਮੈਂ ਦਮਦਮਾ ਸਾਹਿਬ ਦੇ ਸਥਾਨ ਤੇ ਤਖ਼ਤ ਸਾਹਿਬ ਦੇ ਨਾਲ ਉੱਥੇ ਰੁਕ ਗਿਆ ਉਦੋਂ ਉੱਥੇ ਮੁੱਖ ਮੰਤਰੀ ਸਾਹਿਬ ਆ ਗਏ ਫਿਰ ਮੈਂ ਰੁਕਣਾ ਸੀ ਮੈਂ ਉੱਥੇ ਉਹਨਾਂ ਦਾ ਸਨਮਾਨ ਕਰਾਇਆ ਨਾਲ ਹਨਾ ਮੇਜਰ ਸਾਹਿਬ ਸੀਗੇ ਹੋਰ ਸੀ ਹੈਡ ਕ੍ਰਾਂਤੀ ਸੀਗੇ ਉਹਦਾ ਹੱਕ ਹੀ ਬਣਦਾ ਸੀ ਆਪਣਾ ਵਧੀਆ ਗੱਲ ਹੈ ਹਾਂ 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 ਹੁਣ ਮੈਨੂੰ ਕੋਸੇ ਲੋਕ ਤੁਹਾਡਾ ਭਾਈਚਾਰਾ ਵੀ ਤੈ ਸ਼ਰਾਬ ਪੀਤੀ ਦੇਖੀ ਯਾਰ ਮਗਰ ਮੈਂ ਤਾਂ ਨਹੀਂ ਨੋਟ ਕੀਤੀ ਮੈਂ ਨਹੀਂ ਬੋਲਣਾ ਝੂਠ ਉਹ ਯਾਰ ਪਤਾ ਕਿ ਸ਼ਰਾਬ ਨਹੀਂ ਜਿਹੜਾ ਜਿਹੜਾ ਹੋਇਆ ਇਹ ਤਾਂ ਗਲਤ ਹੈ ਮੈਨੂੰ ਐਂ ਲੱਗਦਾ ਵੀ ਕਈ ਵਾਰੀ ਕੋਈ ਹੁਣ ਹੋਰ ਵੀ ਬੰਦਾ ਕੋਈ ਚੀਜ਼ ਛੱਕ ਛੁੱਕ ਲੈਂਦਾ ਗੋਲੀ ਗੱਪਾ ਜਾਂ ਜਿਵੇਂ ਜਿਹੜਾ ਅਸੀਂ ਲੋਕ ਖਾਂਦੇ ਹਾਂ ਉਹ ਬਹੁਤ ਲੱਗ ਜਾਂਦਾ ਕਿਤੇ ਹੋ ਜਾਂਦੀ ਹੈ ਸ਼ਰਾਬ ਪੀ ਕੇ ਇਹਨਾਂ ਦਾ ਨਹੀਂ ਬੇਵਕੂਫ ਹੈਗਾ ਵੀ ਸ਼ਰਾਬ ਪੀ ਕੇ ਜਾਊ ਯਾਰ ਮੇਰੇ ਇਹਨੂੰ ਗੱਲ ਨੂੰ ਆਪਾਂ ਸਾਫ ਕਰਾਓ ਮੇਰਾ ਗਰੀਬ ਬੰਦੇ ਦੀ ਹੁਣ ਤੁਸੀਂ ਮਦਦ ਕਰੋ ਮੈਨੂੰ ਫੇਰ ਤਾਹਾਂ ਲੈ ਕੇ ਚੱਲੋ ਇਸ ਗੱਲ 'ਚ ਚੰਡੀਗੜ੍ਹੋਂ ਫੋਨ ਆਉਣ ਦਿੱਲੀਓਂ ਫੋਨ ਆਉਣ ਵੀ ਕੋਈ ਮੈਂਬਰ ਸ਼੍ਰੋਮਣੀ ਕਮੇਟੀ ਦਾ ਸਨਮਾਨ ਕਰਨ ਵੇਲੇ ਉੱਥੇ ਵਿੱਚ ਸੀ ਆਪਣੇ ਤੁਹਾਡੇ ਖਿਲਾਫ਼ ਬੋਲਦੇ ਨੇ ਹੁਣ ਨਹੀਂ ਮੇਰੇ ਬਾਰ ਖਿਲਾਫ਼ ਨਹੀਂ ਕੋਈ ਬੋਲਦਾ ਹਾਂ ਮੈਂ ਇਹ ਗੱਲ ਕਹਿਣਾ ਵੀ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਹਿ ਦਿੱਤਾ ਵੀ ਸੀ ਐਮ ਪੰਜਾਬ ਅੱਜ ਦਾਰੂ ਪੀ ਕੇ ਤਖ਼ਤ ਸਾਹਿਬ ਗਿਆ ਜੀ ਪਰ ਉੱਥੇ ਦਾ ਸਨਮਾਨ ਕਰਨ ਵੇਲੇ ਸੀ ਮੈਂ ਸੀ ਮੈਨੇਜਰ ਸੀਗਾ ਇੱਕ ਹੈਡ ਗ੍ਰੰਥੀ ਤਿੰਨ ਜਾਣੇ ਸੀ ਵੀ ਇਹਨਾਂ ਨੂੰ ਤਾਂ ਪੁੱਛਿਆ ਜਾਵੇ ਵੀ ਇਹਨਾਂ ਨੇ ਉਹਦੀ ਸ਼ਰਾਬ ਪੀਤੀ ਦੇਖੀ ਕਿ ਨਹੀਂ ਦੇਖੀ ਸੁਖਬੀਰ ਬਾਦਲ ਤੋਂ 50 ਕਰਮਾ ਪਰੇ ਹੋਏ ਦਾ ਪਰੇ ਉਹਨੂੰ ਕਿਵੇਂ ਪਤਾ ਲੱਗ ਗਿਆ ਵੀ ਇਹਦੀ ਦਾਰੂ ਪੀਤੀ ਹੈ ਹਾਂ ਉਹਨਾਂ ਜਿਹੜੇ ਬੰਦੇ ਐਜੀਪੀਸੀ ਦੇ ਮੈਨੂੰ ਪੁੱਛੋ ਮੈਨੂੰ ਪੁੱਛਣ ਫਿਰ ਅਗਲੇ ਵੀ ਤੇਰਾ ਭਾਈਚਾਰਾ ਮੈਨੂੰ ਪੁੱਛੋ ਯਾਰ ਜੀ ਕੀ ਹੋਇਆ ਫਿਰ ਮੈਂ ਕਹਾਂ ਵੀ ਮੈਂ ਵਾਹਿਗੁਰੂ ਨੂੰ ਜਾਣ ਦੇ ਕੇ ਕਹਿਣਾ ਬਾਈ ਜੀ ਵੀ ਮੈਂ ਉਹਦੀ ਡਰਿੰਕ ਨਹੀਂ ਕੀਤੀ ਦੇਖੀ ਮੈਂ ਉਹਨਾਂ ਨੂੰ ਇਹ ਵੀ ਬਲਕਿ ਦੱਸਿਆ ਵੀ ਮੈਂ ਜੀ ਬਲਦੇਵ ਸਿੰਘ ਚੁੰਗਾ ਮੈਂਬਰ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੇਰਾ ਹਲਕਾ ਪ੍ਰਧਾਨ ਜਿਹੜਾ ਬਰਨਾਮ ਹੈ ਪੱਪੂ ਐਂ ਵੀ ਦੱਸਿਆ ਉਹਨਾਂ ਨੂੰ ਵੈਰੀ ਗੁੱਡ ਹਾਂ ਆਪਦੇ ਆਪ ਵੀ ਤਾਰੀ ਦੁਆਰਾ ਵੀ ਕਰਾਇਆ ਮੈਂ ਸੀ ਐਮ ਸਾਹਿਬ ਮੈਂ ਤੁਹਾਡੇ ਜ਼ਿਲ੍ਹੇ ਚੋਂ ਹਾਂ ਉਹਨਾਂ ਨੇ ਅੱਛਾ ਜੀ ਖੁਸ਼ ਹੋ ਕੇ ਕਿਹਾ ਮੈਨੂੰ ਤਾਂ ਯਾਰ ਕੋਈ ਪਤਾ ਨਹੀਂ ਲੱਗਾ ਨਾ ਵੀ ਕੋਈ ਸੈਂਟ ਆਈ ਉਹਨਾਂ ਦੇ ਮੂੰਹ ਚੋਂ ਮੈਂ ਉਹੀ ਕਹਿਣਾ ਵੀ ਜਦ ਜਥੇਦਾਰ ਦਾ ਦੋ ਵਿੱਚ ਮੈਨੇਜਰ ਗੁਰਮੁਖ ਬੰਦੇ ਉਹਦੇ ਕੋਲੇ ਜਮਾ ਖੜੇ ਨੇ ਉਹਨਾਂ ਦਾ ਬੰਬਾਸ਼ਨਾ ਮਾਰੀ ਨੀ ਹੁਣ ਗਰੀਬ ਸਿੱਖ ਨੂੰ ਫੇਰ ਖੜਾ ਕਰ ਦਿਓ ਤਾਂ ਚੜਾ ਦਿਓ ਸੀਸੀ ਤੇ ਇਹਨੂੰ ਮੇਰੀ ਗੱਲ ਸੁਣ ਲਾ ਤੈਨੂੰ ਤੇਰੇ ਮਾਰ ਦੀ ਏਡੀ ਕਿਰਪਾ ਹੈ ਕੋਈ ਜਿੰਨਾ ਮਰਜ਼ੀ ਪੁੱਠਾ ਜਿਹਾ ਕਰੀ ਜਾਵੇ ਸੁਖਬੀਰ ਆ ਚਾਹੇ ਕੋਈ ਸੁਖਬੀਰ ਦਾ ਪਿਓ ਆ ਜੇ ਰਹਿ ਰਾਜ ਦਾ ਟਾਈਮ ਹੈ ਮੈਂ ਵੀ ਪਾਠ ਕਰਕੇ ਵੀ ਰੋਟੀ ਖਾਣ ਲੱਗਿਆ ਵੀ ਜੈਸੇ ਤਰ ਬਲਦੇਵ ਚੂੰਘਾ ਦਾ ਕੱਖ ਨਹੀਂ ਇਹ ਲੋਕ ਵਿਗਾੜ ਸਕਦੇ ਬਸ ਤੂੰ ਵਿਗਾੜ ਤਾਂ ਨਹੀਂ ਸਕਦੇ ਪਰ ਗਾਹਾਂ ਵੀ ਜਾਣਾ ਵੱਡੇ ਵੀ ਬਣਨਾ ਪ੍ਰਧਾਨ ਵੀ ਬਣਨਾ ਸ਼੍ਰੋਮਣੀ ਕਮੇਟੀ ਦਾ ਪਿਓ ਆ ਪ੍ਰਧਾਨ ਤਾਂ ਜਿੱਦੇ ਇਹ ਇਲੈਕਸ਼ਨਾਂ ਹੋ ਗਈਆਂ ਅੰਡਾ ਹੋ ਗਏ
जो मुद्दा हुंदा कौम दा उत्थे कल्ले खड़दा आ चली भी नहीं मैं कल्ले तीन तीन गल करा इन हूं चलवा गल वीर बन के मेरे को ना चल सारी पैसे पुछे दुबारे भी आ गल की गल है पता ही गल कल बापा बरनाले पिछले जवाब दईए मैं कहना अपनी इन्नी बड़ी गल बन जू प्रेस में देना प्रेस में जरदार जी बुला मैं होर की कहना कल मैं करना कल फोन ही नहीं करना जे तुसी फोन करोगे वो बजन जानी गल कल नू आके मैं करा मैं बंदा तो करावा सोनू सारा टोटल वधिया मीडिया जिन्हों लोग पढ़ते सुनते देखते ने वो सारिया तो मैं 10 बजे तो पहला फोन सोनू करवा दूंगा बस करवा दे फिर मैं बस तुसी पर फोन नहीं करना ਉਹ ਜੇ ਕੋਈ ਤਾਂ ਤੁਸੀਂ ਕਰਦਾ ਗੱਲ ਤਾਂ ਬੇਸਬਾਲ ਦੀ ਤਾਂ ਨਾ ਵੀ ਰਹਿ ਗਿਆ ਮੈਂ ਕਦ ਕਰਕੇ ਫਿਰ ਆਪਣੇ ਬੱਲੇ ਕੀ ਰਹੂ ਬਸ ਤੁਸੀਂ ਫੋਨ ਨਹੀਂ ਕਰਨਾ ਫੋਨ ਹੀ ਆ ਸਮਝੋ ਵੀ ਆ ਗਿਆ 10 ਵਜੇ ਤੋਂ ਪਹਿਲਾਂ ਮੈਂ ਕੰਮ ਕਰਦਾ ਫਿਲਹਾਲ ਇਸ ਆਡੀਓ ਦੀ ਸਾਡੇ ਚੈਨਲ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਜਾਂਦੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਇਸ ਦੇ ਨਾਲ ਹੀ ਜਿਵੇਂ ਹੀ ਸਾਡੀ ਇਸ ਵੀਡੀਓ ਦੇ ਬਾਰੇ ਕੋਈ ਗੱਲਬਾਤ ਹੋਈ ਤਾਂ ਅਸੀਂ ਤੁਹਾਡੇ ਤੱਕ ਜ਼ਰੂਰ ਪਹੁੰਚਾਵਾਂਗੇ ਬਿਊਰੋ ਰਿਪੋਰਟ D5 ਚੈਨਲ ਪੰਜਾਬੀ ਤੁਹਾਡਾ ਭਾਈਚਾਰਾ ਵੀ ਤੈ ਸ਼ਰਾਬ ਪੀਤੀ ਦੇਖੀ ਯਾਰ ਮੈਂ ਕਰ ਰਹੀ ਨੋਟ ਕੀਤੀ ਮੈਂ ਨਹੀਂ ਭੁੱਲਣਾ ਕਿ ਸਰਦਾਰ ਤਕਵੀਰ ਸਿੰਘ ਬਾਦਲ ਨੇ ਕਹਿ ਦਿੱਤਾ ਵੀ CM ਪੰਜਾਬ ਅੱਜ ਦਾਰੂ ਪੀ ਕੇ ਤੱਕਾ ਗਿਆ ਜੀ ਪਰ ਉੱਥੇ ਦਾ ਸਨਮਾਨ ਕਰਨ ਵੇਲੇ ਸੀ ਮੈਂ ਸੀ ਮੈਨੇਜਰ ਸੀਗਾ ਇੱਕ ਹੈੱਡ ਗ੍ਰੰਥੀ ਤਿੰਨ ਜਾਣੇ ਸੀ ਜੀ ਵੀ ਇਹਨਾਂ ਨੂੰ ਤਾਂ ਪੁੱਛਿਆ ਜਾਵੇ ਵੀ ਇਹਨਾਂ ਨੇ ਉਹਦੀ ਸ਼ਰਾਬ ਪੀਤੀ ਦੇਖੀ ਕਿ ਨਹੀਂ ਦੇਖੀ ਆਪਦੇ ਆਪ ਹੀ ਸਾਰੀ ਦੁਆਰਾ ਵੀ ਕਰਾਇਆ ਮੈਂ CM ਸਾਹਿਬ ਮੈਂ ਕਿਹਾ ਤੁਹਾਡੇ ਜ਼ਿਲ੍ਹੇ 'ਚੋਂ ਹਾਂ ਬਲਦੇਵ ਚੂੰਘਾ ਦਾ ਕੱਖ ਨੀ ਲੋਕ ਵਿਗਾੜ ਤਾਂ ਨੀ ਸਰ ਗਾਹ ਵੀ ਜਾਣਾ ਵੱਡੇ ਵੀ ਬਣਨਾ ਪ੍ਰਧਾਨ ਵੀ ਬਣਨਾ ਸ਼੍ਰੋਮਣੀ ਕਮੇਟੀ ਦਾ ਪਿਆ ਇਹਦਾ ਇਹਨਾਂ ਤੋਂ ਕੋਲ ਤਾਂ ਗਿਆ ਕੰਮ ਇਹਨਾਂ ਤੋਂ ਗਿਆ ਹੁਣ ਤੂੰ ਇਸ ਵੇਲੇ ਮੌਕਾ ਹੈ ਇਸ ਵੇਲੇ ਮੇਰਾ ਸੱਚ ਚੱਲੂਗਾ ਕੱਲੇ ਦਾ ਕੱਲਾ ਮੈਂਬਰ SCVC ਮੈਂ ਸੀ ਉੱਥੇ ਹੋਵੇਗੀ ਕਿਸਾਨਾਂ ਦੀ ਗੱਲ ਨਵੀਂ ਖੇਤੀ ਮਸ਼ੀਨਾਂ ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ ਚੱਲਦਾ ਰਿਹਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ ਸਿਰਫ D5 ਚੈਨਲ ਪੰਜਾਬੀ ਤੇ ਕੀ ਹੁੰਦੀ ਹੈ ਜਮ੍ਹਾਂਬੰਦੀ ਕਿਵੇਂ ਬਣਦੀ ਹੈ ਵਸੀਅਤ ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ ਦੇਖਣਾ ਨਾ ਭੁੱਲਣਾ ਸਾਡਾ ਖਾਸ D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ